ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ ਹੋਏ ਐਨਕਾਊਂਟਰ ਦੇ ਵਿੱਚ ਢੇਰ ਹੋਏ ਤਿੰਨ ਗੈਂਗਸਟਰ ਤੇਜਿੰਦਰ ਸਿੰਘ ਤੇਜਾ ਨਿਵਾਸੀ ਜ਼ਿਲ੍ਹਾ SBS ਨਗਰ, ਹਰਪ੍ਰੀਤ ਸਿੰਘ ਪੀਤਾ ਨਿਵਾਸੀ ਜ਼ਿਲ੍ਹਾ ਜਲੰਧਰ ਅਤੇ ਵਿਜੇ ਸਹੋਤਾ ਵਾਸੀ SBS ਨਗਰ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਪੋਸਟਮਾਰਟਮ ਕੀਤੇ ਜਾਣ ਤੋਂ ਬਾਅਦ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਡਾਕਟਰਾਂ ਦੇ ਬੋਰਡ ਦੇ ਵੱਲੋਂ ਤਿੰਨੋਂ ਗੈਂਗਸਟਰਾਂ ਦੇ ਪੋਸਟਮਾਰਟਮ ਕੀਤੇ ਗਏ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਬੱਸੀ ਪਠਾਣਾ ਵਿਖੇ ਫੂਡ ਪ੍ਰੋਸੈਸਿੰਗ ਟੀਮ ਦੇ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੇ ਜਾਣ ਉਪਰੰਤ ਮੌਕੇ ਐਨਕਾਊਂਟਰ ਦੇ ਦੌਰਾਨ ਦੋ ਗੈਂਗਸਟਰਾਂ ਦੀ ਉੱਥੇ ਹੀ ਮੌਤ ਹੋ ਗਈ ਸੀ, ਜਿਸ ਕਾਰਨ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਾਸ਼ਾਂ ਨੂੰ ਪਹੁੰਚਾਇਆ ਗਿਆ ਸੀ। ਤੀਸਰੇ ਗੈਂਗਸਟਰ ਦੀ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ। ਫਤਿਹਗੜ੍ਹ ਸਾਹਿਬ ਤੋਂ ਅੱਜ ਦੀ ਆਵਾਜ਼ ਦੇ ਲਈ ਜਗਦੇਵ ਸਿੰਘ ਦੀ ਰਿਪੋਰਟ। ਦੇਖੋ, ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਕੱਲ AGTF ਪੰਜਾਬ ਦੀ ਟੀਮ ਦਾ ਇੱਕ ਇੱਥੇ ਐਨਕਾਊਂਟਰ ਹੋਇਆ ਸੀ ਬੱਸੀ ਪਠਾਣਾ ਵਿਖੇ, ਜਿਹਦੇ 'ਚ ਤਿੰਨ ਕ੍ਰਿਮੀਨਲਸ ਦੀ ਮੌਤ ਹੋ ਗਈ ਸੀ ਐਨਕਾਊਂਟਰ ਦੇ ਵਿੱਚ ਜੀ। ਉਹਨਾਂ ਦਾ ਅੱਜ ਪੋਸਟਮਾਰਟਮ ਜਿਹੜੀ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ, ਉਹਨਾਂ 'ਚੋਂ ਦੋ ਜਿਹੜੇ ਡਿਜ਼ੀਜ਼ ਸੀ, ਦੋ ਜਿਹੜੇ ਕ੍ਰਿਮੀਨਲ ਸੀ, ਉਹਨਾਂ ਦਾ ਪੋਸਟਮਾਰਟਮ ਕੰਪਲੀਟ ਹੋ ਗਿਆ। ਇੱਕ ਤਾਂ ਤੇਜਿੰਦਰ ਸਿੰਘ ਤੇਜੇ ਦਾ ਅਤੇ ਦੂਸਰਾ ਵਿਜੇ ਸਹੋਤਾ ਜੀ। ਉਹਨਾਂ ਦੋਨਾਂ ਦਾ ਪੋਸਟਮਾਰਟਮ ਕੰਪਲੀਟ ਹੋਣ ਤੋਂ ਬਾਅਦ ਉਹਨਾਂ ਦੀਆਂ ਡੈੱਡ ਬੋਡੀਜ਼ ਉਹਨਾਂ ਦੋਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਅੰਤਮ ਜਿਹੜਾ ਸੰਸਕਾਰ ਹੈ ਉਹਦੇ ਵਾਸਤੇ ਉਹਨਾਂ ਦੇ ਹੈਂਡ ਓਵਰ ਕਰ ਦਿੱਤੀਆਂ ਜੀ। ਅਤੇ ਜਿਹੜਾ ਤੀਸਰਾ ਹੈਗਾ ਮ੍ਰਿਤਕ, ਉਹਦੀ ਬੋਡੀ ਦਾ ਪੋਸਟਮਾਰਟਮ ਚੱਲ ਰਿਹਾ। ਕੁਛ ਬੇਸਿਕ ਇਨਫੋਰਮੇਸ਼ਨ ਸ਼ੇਅਰ ਹੋ ਸਕਦੀ ਹੈ ਕਿ ਕਿੰਨੇ ਕੁ ਰਾਊਂਡ ਜਿਹੜੇ ਨੇ ਉਹ ਲੱਗੇ ਨੇ? ਦੇਖੋ, ਜਿਹੜੇ ਰਾਊਂਡਸ ਲੱਗੇ ਜਾਂ ਰਾਊਂਡਸ ਕਿੰਨੇ ਚੱਲੇ ਇਹਦੇ ਰਿਗਾਰਡਿੰਗ ਅਜੇ ਇਨਵੈਸਟੀਗੇਸ਼ਨ ਔਨ ਹੈ। ਜਦ ਤੱਕ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਉਦੋਂ ਤੱਕ ਇਹਦੇ ਬਾਰੇ ਕੋਈ ਓਪੀਨੀਅਨ ਕੁਛ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ। ਇਨਵੈਸਟੀਗੇਸ਼ਨ ਦੇ ਵਿੱਚ ਜੋ ਆਊਗਾ ਫਿਰ ਤੁਹਾਨੂੰ ਟਾਈਮ ਟਾਈਮ 'ਤੇ ਅਸੀਂ ਅਪਡੇਟ ਕਰ ਦਿੰਦੇ ਜੀ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।